गोल ही टैंक ऐसे वो गोल पिलर बन रहा है ना जी 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 वो मोटा पिलर से अच्छा अच्छा एक इधर पिलर से एक इधर पिलर से हाँ दरवाजा सेंटर च दरवाजा सेंटर च अच्छा एने उत्ते जेड़ा बीम पिया है ना ये ऊंट लंघ जांदा सी इत्थों दी नगर सभा दे है ना ऊंट लंघांदे जी हां हां ऊंट लंघदा सी वाह जी ऊंट लंघ जांदा है ओ फिर जिको वहां इनु हटाया ना जी ते ओ जेड़ा बीम सी ना जदों हां सुटिया ना ते लोग आंदे है वे ये बीम रात के टाइम सुटे जदों बच्चे बच्चे ना अच्छा टमाटर वड्डा सी दमक बड़े का एकदम बड़ी वहां फिर रात दे टाइम सुटिया सी ते ओदी धमक सारे महल्ले वाह जी वाह अच्छा, जी हूं बुजुर्ग अपना चाचू जी नक्शा बयान कर लगे उस वे घर कि इधर एक बैठक सी ठीक है इथे ठीक बैठक सी सही है ते ऐ अगां एक वड्डा सारा सोफा सी ठीक है ओ सत्ता शतीरा दे जेड़ा हां बैठे सत्ता शतीरा दे ओ सोफा ही ते ऐ जेड़ी बैठक ठीक हां जी वेलना वेलना जरा है घर की हदूद अच्छा अच्छा ठीक ठीक दो थार हन एक भरा सी ते सत गलास हन उना दे नागरा साहब दे नाल हे मतलब उना दे नाल हे हन दो थार सत गलास एक भरा मजा नहीं वेख ले मेनू हुण एदा नहीं पता है नागरा साहब दौर दी पक्का शोर ए पक्का शोर ए चरखा नहीं जे वेलना जी वेलना वेलना कपा वेलना चरखा भी बड़ी दरखेज जी अपना बाबे लाल सिंह दा खूह सी इस जगह पिपल दा रुख है जी पिपल पुराने दौर पुराने दौर ਜਿਹੜੀ ਪਾਕਿਸਤਾਨ ਬਣਨ ਤੋਂ ਪਹਿਲਾਂ ਗਵਰਨਮੈਂਟ ਪ੍ਰਾਇਮਰੀ ਸਕੂਲ ਆ ਰਿਹਾ ਆਦਮ ਕੇ ਨਾਗਰਾ ਦਾ ਅਸਲ ਸਕੂਲ ਪਹਿਲੇ ਇੱਥੇ ਸੀ ਅਸਲ ਸਕੂਲ ਆਇਆ ਸੀ ਇੱਕ ਹੀ ਕਮਰਾ ਸੀ ਇਹਦੇ ਅੱਗੇ ਬਰਾਮਦਾ ਵੀ ਬਾਅਦ ਚ ਤੇ ਕਮਰਾ ਉਹੀ ਆਪਣੀ ਅਸਲੀ ਹਾਲਤ ਵਿੱਚ ਮੌਜੂਦ ਹੈ ਆਪਣਾ ਉਹੀ ਉਸੇ ਤੋਂ ਅੱਛਾ ਅੱਛਾ ਠੀਕ ਠੀਕ ਅੱਛਾ ਸਕੂਲ ਬਾਅਦ ਵਿੱਚ ਸ਼ਿਫਟ ਹੋ ਕੇ ਉਧਰ ਚਲਾ ਗਿਆ लकड़ी दी जेड़ी खिड़की उसी दौर दी उत्थे पुरानी लगी ऐ अगे जाली ग्रिल बाद च लगी लकड़ी दा दरवाजा भी पुराना लग्या सही है नाल है कब्रिस्तान मुसलमान ठीक ऐ भी पुराना ही पाकिस्तान बनन तो पहले दा ही सदियां पाकिस्तान तो ठीक ठीक कमरा पाकिस्तान बनन तो पहला दा हां जी जी मतलब उस वे कह लो कि प्राइमरी स्कूल दा इक्को ही कमरा सी इक्को ही कमरा सी ते ए सामने जेड़ी ए जगह खाली सी बाद विच फिर इत्थे ओ बनया प्राइमरी स्कूल बच्चियां दा ठीक है उस तो बाद विच फिर मिडल बनया बाद फिर हाई स्कूल बन गया नाल जमीन कौंसल दा दफ्तर बन गया जी 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 ठीक 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 सही बहुत हो गया जी बहुत सामने पिंड नजर आंदा काले के नागरा हां ठीक है जी हुण असीं इत्थे जा रहे हां काले के नागरा ठीक ऐ सानूं रूट लै के जाओ आदम के नागरा और काले के नागरा च कुछ नहीं वंडिया है ना बिलकुल कोडोडारी पिंड ने किले दा पास हां ठीक है जी बराबरी जी सारा पिंड आदम के नागरा रहा हूं असी स्कूल दिखाने तो बाद
ਅਸੀਂ ਤੁਹਾਨੂੰ ਪੁਰਾਣਾ ਪੁਰਾਣੀ ਜਗ੍ਹਾ ਦਿਖਾਈ ਜਿੱਥੇ ਪੁਰਾਣਾ ਸਕੂਲ ਸੀ ਪਾਕਿਸਤਾਨ ਬਣਨ ਤੋਂ ਪਹਿਲੇ ਦਾ ਪ੍ਰਾਇਮਰੀ ਸਕੂਲ ਤੋਂ ਬਾਅਦ ਸ਼ਿਫਟ ਹੋ ਕੇ ਅਸੀਂ ਜਿੱਥੇ ਥੋੜੀ ਦੇਰ ਪਹਿਲੇ ਸਾਰਾ ਰਿਕਾਰਡ ਦਿਖਾਇਆ ਤੇ ਲੰਘਦੇ ਅਸੀਂ ਤੁਹਾਨੂੰ ਪੁਰਾਣਾ ਸਕੂਲ ਦਿਖਾਇਆ ਹੁਣ ਅਸੀਂ ਜਾ ਰਹੇ ਹਾਂ ਜੀ ਪਿੰਡ ਕਾਲੇ ਕੀ ਨਾਗਰਾ ਤੇ ਇਹ ਜਿਹੜਾ ਸਾਹਮਣੇ ਪਿੰਡ ਨਜ਼ਰ ਆ ਰਿਹਾ ਤੁਹਾਨੂੰ ਦਰਖਤਾਂ ਦੇ ਓਹਲੇ ਇਹ ਪਿੰਡ ਕਾਲੇ ਕੀ ਨਾਗਰਾ ਜੀ ਹਾਂਜੀ ਅਸੀਂ ਪਹੁੰਚ ਗਏ ਜੀ ਪਿੰਡ ਕਾਲੇ ਕੀ ਨਾਗਰਾ ਜ਼ਿਲ੍ਹਾ ਸਿਆਲਕੋਟ ਤੇ ਤਹਿਸੀਲ ਸਰ ਜੀ ਪਸਰੂਰ ਪਸਰੂਰ ਅੱਛਾ ਇਹ ਤਹਿਸੀਲ ਪਸਰੂਰ ਹੈ ਜੀ ਅੱਛਾ ਤੇ ਤੁਹਾਡਾ ਪਿੰਡ ਬੋਗਰੇ ਉਹ ਡਸਟ ਹੋ ਜਾਂਦਾ ਅੱਛਾ ਅੱਛਾ ਤੇ ਲਓ ਜੀ ਸਰਦਾਰ ਜੀ ਅਸੀਂ ਹੁਣ ਅਸੀਂ ਹੌਲੇ ਹੌਲੇ ਤੁਹਾਡੇ ਘਰ ਵੱਲ ਜਾ ਰਹੇ ਹਾਂ ਇਹੋ ਗਲੀਆਂ ਇਹਨਾਂ ਗਲੀਆਂ ਵਿੱਚ ਤੁਹਾਡੇ ਬਜ਼ੁਰਗ ਫਿਰਦੇ ਤੁਰਦੇ ਰਹੇ ਕਿਆ ਗਲੀ ਜੇ ਅਸੀਂ ਪਿੰਡ ਕਾਲੇ ਕੀ ਨਾਗਰਾ ਦੀ ਲੈਂਦੀ ਸਾਈਡ ਤੇ ਠੀਕ ਸਰ ਜੀ ਕਾਲੇ ਕੀ ਨਾਗਰਾ ਪਿੰਡ ਦੇ ਨਾਲ ਇੱਕ ਹੋਰ ਬਹੁਤ ਵੱਡੀ ਹਸਤੀ ਬਹੁਤ ਉੱਚਾ ਨਾਂ ਗਜ਼ਲ ਗਾਇਕੀ ਦੇ ਵਿੱਚੋਂ ਗੁਲਾਮ ਅਲੀ ਇਸ ਪਿੰਡ ਦੇ ਰਹਿਸ਼ੀ ਨੇ ਗੁਲਾਮ ਅਲੀ ਖਾਨ ਸਾਹਿਬ ਗੁਲਾਮ ਅਲੀ ਇਸ ਪਿੰਡ ਦੇ ਰਹਿਸ਼ੀ ਸਰ ਪਾਣੀ ਪੀਆ ਘਰ ਆ ਗਿਆ ਜਿੱਥੋਂ ਘਰ ਸ਼ੁਰੂ ਹੋ ਗਿਆ ਠੀਕ ਹੈ ਚੜ੍ਹਦੇ ਵੱਲ ਨੂੰ ਮੂੰਹ ਸੀ ਹਾਂਜੀ ਜ਼ਿਕਰ ਕਰਦੇ ਨਾਗਰਾ ਸਾਹਿਬ ਉਹਨਾਂ ਦੀ ਇਹ ਗਲੀ ਠੀਕ ਹੈ ਠੀਕ ਹੈ ਤੇ ਅਸੀਂ ਉਹ ਘਰ ਦੇ ਵਿਚ ਰਹਿੰਦੇ ਠੀਕ ਹੈ ਹੁਣ ਸਾਡਾ ਘਰ ਹੈ ਜੀ ਠੀਕ ਹੋ ਤੇ ਮਤਲਬ ਤੁਹਾਨੂੰ ਥੋੜਾ ਜਿਹਾ ਪਸੀ ਮੰਦਰ ਪਾ ਜੀ 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 ਤੇ ਹੁਣ ਅਸੀਂ ਡਸਕੇ ਹੀ ਰਹਿੰਦੇ ਹਾਂ ਮੈਂ ਇਹਨਾਂ ਦੇ ਕਹਿਣ ਦੇ ਮੁਤਾਬਕ ਬਿਲਕੁਲ ਸਹੀ ਸਾਫ਼ ਸੂਫ਼ ਹੋਣ ਵਾਲਾ ਵਸਦਿਆਂ ਦੇ ਘਰ ਹੁੰਦੇ ਨੇ ਜੀ ਜੀ ਘਰ ਵਸਦਿਆਂ ਦੇ ਬਿਲਕੁਲ ਸਹੀ ਘਰਾਂ ਦੇ ਰਹੀਏ ਸਫਾਈ ਵੀ ਸਫਾਈ ਵੀ ਨਹੀਂ ਪਾਏ ਹਰੇ ਮਹੀਨੇ ਬਾਅਦ ਮੈਂ ਖੋਲੇ ਨੇ ਤੇ ਘੱਟਾ ਹੀ ਘੱਟਾ ਤੇ ਮੈਂ ਹਾਂ ਪ੍ਰਾਹੁਣੇ ਆਉਣੇ ਨੇ ਉਹਨਾਂ ਨੂੰ ਕਿੱਥੇ ਪਾਣਾ ਕੋਈ ਕੋਈ ਐਸੀ ਗੱਲ ਨਹੀਂ ਤੁਹਾਡੀ ਇਹ ਬੜੀ ਮਿਹਰਬਾਨੀ ਤੁਸੀਂ ਦੱਸੋ ਥੋੜਾ ਦੱਸਾਂ ਇਸ ਜਗ੍ਹਾ ਦੇ ਉੱਤੇ ਨਾ ਇੱਕ ਖੂਹੀ ਹੁੰਦੀ ਸੀ ਠੀਕ ਹੈ ਖੂਹੀ ਸੀ ਤੇ ਉਹ ਐਸਾ ਇੱਕ ਹੱਬੀ ਜੀ ਬਣਾਈ ਸੀ ਉਹਦੇ ਵਿੱਚ ਨਾ ਖੂਹੀ ਚੋਂ ਲੱਦ ਨਾਲ ਪਾਣੀ ਕੱਢ ਕੇ ਤੇ ਉਹ ਹੱਬੀ ਚ ਪਾਈਦਾ ਸੀ ਤੇ ਅੱਗੇ ਇੱਥੇ ਟੂਟੀਆਂ ਹੁਣ ਦੋ ਉਹਨਾਂ ਚ ਅਸੀਂ ਨਹਾਉਂਦੇ ਹੁੰਦੇ ਹਾਂ ਜਦੋਂ ਅਸੀਂ ਬਿਲਕੁਲ ਛੋਟੇ ਸੀ ਅੱਛਾ ਅੱਗੇ ਆਹ ਨਾ ਨਿੱਕੀਆਂ ਨਿੱਕੀਆਂ ਕਿਆਰੀਆਂ ਘਾਹ ਦੀਆਂ ਮੱਲੀਆਂ ਹੁੰਦੀਆਂ ਬਣਾਈਆਂ ਹੁੰਦੀਆਂ ਇਹ ਜਗ੍ਹਾ ਤੇ ਇੱਕ ਬੋਰਡ ਸੀ ਪਿੱਪਲ ਬਹੁਤ ਵੱਡਾ ਠੀਕ ਹੈ ਛੱਪੜ ਸੀ ਸਾਰਾ ਪੁਰਾਣਾ ਛੱਪੜ ਮਤਲਬ ਇਹ ਜਿਹੜੀ ਰੂੜੀ ਹੈ ਨਾ ਜੀ ਇਹਦੇ ਨਾਲ ਮਤਲਬ ਬਹੁਤ ਵੱਡਾ ਬੋਰਡ ਸੀ ਉਹ ਸਹੀ ਤੇ ਇਹ ਜਿਹੜੀ ਖੰਭਾ ਨਹੀਂ ਇਹ ਜਿਹੜੀ ਇਹ ਵੀ ਮਕਾਨ ਕੋਲ ਨਹੀਂ ਖੁੱਲ ਮਾਰ ਸੀ ਖੁੱਲ ਮਾਰ ਠੀਕ ਹਾਂਜੀ ਬਿਲਕੁਲ ਜੀ ਅਸੀਂ ਉਹੀਓ ਗਲੀ ਚ ਗੁਜ਼ਰ ਰਹੇ ਹਾਂ ਜਿਹੜੀ ਗਲੀ ਸਾਨੂੰ ਤੁਹਾਡੇ ਘਰ ਲੈ ਕੇ ਜਾ ਰਹੀ ਦੀਵਾਰ ਪੱਕੀ ਸੀ ਅੱਛਾ ਜੀ ਇਹ ਹੁਣ ਮੈਂ ਉਦੋਂ ਦੀ ਗੱਲ ਦੱਸਣਾ ਮਤਲਬ ਸਨ 63-64 ਠੀਕ ਹੈ ਇਹ ਮੋਟੀਆਂ ਇੱਟਾਂ ਹਨ ਇਹ ਪੁੱਟ ਕੇ ਤੇ ਹਾਂ ਫਿਰ ਨਾ ਫਲੱਡ ਆ ਗਿਆ ਸੀ ਕਿ ਪੁੱਟ ਕੇ ਤੇ ਹਾਂ ਮਕਾਨ ਪਰਾਂ ਲੈ ਗਏ ਠੀਕ ਹੈ ਇੱਥੇ ਜਿਹੜਾ ਇੱਟਾਂ ਤੇ ਲੈ ਗਏ ਨਾ ਜੀ ਇੱਥੇ ਗੋਲ ਚੱਕਰ ਵਾਲੀਆਂ ਇੱਟਾਂ ਸੀ ਅੱਛਾ ਗੋਲ ਇੱਟਾਂ ਇੱਥੇ ਉਹ ਗੋਲ ਪਿਲਰ ਬਣਦਾ ਨਾ ਜੀ 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 ਉਹ ਮੋਟਾ ਪਿਲਰ ਸੀ ਅੱਛਾ ਅੱਛਾ ਇਧਰ ਪਿਲਰ ਸੀ ਤੇ ਇਧਰ ਪਿਲਰ ਸੀ ਹਾਂ ਤੇ ਦਰਵਾਜ਼ਾ ਸੈਂਟਰ ਚ ਦਰਵਾਜ਼ਾ ਸੈਂਟਰ ਚ ਅੱਛਾ ਇਹਦੇ ਉੱਤੇ ਜਿਹੜਾ ਬੀਮ ਪਿਆ ਸੀ ਨਾ ਇਹ ਊਠ ਲੰਘ ਜਾਂਦਾ ਸੀ ਇੱਥੋਂ ਊਠ ਲੰਘਦਾ ਸੀ ਊਠ ਲੰਘ ਜਾਂਦਾ ਸੀ ਉਹ ਫਿਰ ਜਦੋਂ ਵਹਾਂ ਇਹਨੂੰ ਹਟਾਇਆ ਨਾ ਜੀ ਤੇ ਉਹ ਜਿਹੜਾ ਬੀਮ ਸੀ ਨਾ ਜਦੋਂ ਵਹਾਂ ਸੁੱਟਿਆ ਨਾ ਤੇ ਲੋਕ ਕਹਿੰਦੇ ਸੀ ਵੀ ਇਹ ਬੀਮ ਰਾਤ ਦੇ ਟਾਈਮ ਸੁੱਟੇ ਜਦੋਂ ਬੱਚੇ ਬੱਚੇ ਨਾ ਹੁੰਦੇ
इतना भारी इना मजबूत इना वजनी होगी अंदर केड़ी केड़ी चीज उस माने अच्छा आ जाओ जी हुन बुजुर्ग अपना चाचू जी नक्शा बयान करन लगे उस वेले दा घर किदां जी इधर एक बैठक सी ठीक है इथे ठीक बैठक सी सही है ते ऐ अगां एक वड्डा सारा सोफा सी ठीक है ਉਹ ਸੱਤਾਂ ਸ਼ਤੀਰਾਂ ਦੇ ਜਿਹੜਾ ਹਾਂ ਵੇਖਿਆ ਸੱਤਾਂ ਸ਼ਤੀਰਾਂ ਤੇ ਉਹ ਸੁਫਾ ਸੀ ਤੇ ਇਹ ਜਿਹੜੀ ਬੈਠ ਜੋ ਠੀਕ ਹਾਂਜੀ ਵੇਲਣਾ ਵੇਲਣਾ ਜਿਹੜਾ ਸੀ ਨਾ ਉਹ ਇੱਥੇ ਸੀ ਵੇਲਣਾ ਹੈ ਘਰ ਦੀ ਹਦੂਦ ਵਿੱਚ ਹੀ ਸੀ ਹਾਂ ਘਰ ਦੀ ਹਦੂਦ ਅੱਛਾ ਅੱਛਾ ਇੱਥੇ ਵੇਲਣਾ ਠੀਕ ਠੀਕ ਤੇ ਫਿਰ ਇਹ ਜਿਹੜਾ ਨਾ ਜਿਹੜੀ ਹੁਣ ਤੁਹਾਨੂੰ उस वक्त नागरा साहब दियां माइया जेड़ियां हन बीबियां हांजी जेड़ा जेड़ी चीज उस वक्त दी असल नस साहब ओ है राती मैं तस्दीक की मैं अपनी सिस्टर को अच्छा। मैं जैनवन चाहिए उन्हें आखिया फिर ओ मंजी फलां है ओले पावे दो गोल ने काले पावे बार लो ठीक है बहिया ने ते एक पावे पाव है ये दो असल बाई भी नहीं असल पावे नहीं असल नहीं असल चीन दो पावे कह सकने के नागरा साहब के बुजुर्ग थोड़ा जा नॉर्मल असल चीज एक निशानी रह क्या बात सब कुछ हर शायद जी दरवाजा वगैरह भी जोड़ी है प्यालियां शक नस साहब है लेकिन भी मेरी सिस्टर का दिन ही बाहर चलिए गई दो थार हन एक भरा सी ते सत गलास हन उना दे नागरा साहब दे नाल हे अच्छा मतलब उना दे नाल हे हन दो थार सत गलास एक प्राग उस मेरी सिस्टर दादी आंदी हूं मैं बड़ा चिर धोंदी रही हां लाल सिंह उन्होंने दादा जी का नाम से अवतार सिंह उन्होंने अबा जी का नाम बिलकुल मेरी सिस्टर दस दी राती बैठे ठीक है मैं हसने हसन नस साहब ने होना तेरा ख्याल सत चीरा अठ है सन टोटल अराजी किन्नी होगी जी इस घर की मेरा ख्याल नागरा साहब वक्त इथे चुंबा हुंदा सी अपना हवेली सी बड़ी वड्डी हवेली फिर घर बन गए पिछे जेडी हवेली का हिस्सा सी हुण जी सारे शहर टुट गए जी जी मेरी सिस्टर दसदी सी राती के आ जेड़ा है ना हां चरखे दा कोई आ लो इत्थे चढ़ने कोई तमूरी नहीं है मधानी चीज मधानी तरह मधानी कडो तरह
ਜਿਹੜੀ ਸ਼ਾਇਦ ਜੈਨੂਅਨ ਮੈਂ ਤੈਨੂੰ ਦੱਸੀ ਉਹ ਥੱਲੇ ਉਹ ਮੰਜੀ ਹੈ ਜੀ ਇਹ ਜਿਹੜਾ ਵੀ ਚਰਖੇ ਦੀ ਆ ਇਹ ਤੁਹਾਡੇ ਉਸ ਨਾਗਰਾ ਸਾਹਿਬ ਦੇ ਦੌਰ ਦੀ ਕੱਠੀਆਂ ਕਰੋ ਇਹਨਾਂ ਦੀ ਇੱਕ ਪਿਕਚਰ ਲਈਏ ਲੋਵਲ ਕਰ ਲਈਏ ਇੱਥੇ ਰਹਿੰਦੇ ਬੇਸ਼ੱਕ ਤੁਸੀਂ ਇਧਰ ਉਧਰ ਪਾਰਲੇ ਪਾਸੇ ਹੋਈ ਮੈਂ ਇਹਦੀ ਫਰੰਟ ਤੇ ਜੀ ਸਰ ਜਰੂਰ ਉਸ ਜ਼ਮਾਨੇ ਦੇ ਚਰਖੇ ਦਾ ਹਿੱਸਾ ਪਾਰਟ ਠੀਕ ਹੈ ਕਪਾਸ ਬੇਲਣੇ ਵਾਲਾ ਕਪਾਸ ਬੇਲਣੇ ਦਾ ਪਾਰਟ ਹੈ ਉਸ ਦਾ ਹਿੱਸਾ ਜਰਮਨ ਉਸ ਜ਼ਮਾਨੇ ਦੇ ਅੰਕਲ ਹੋਰੀ ਦੱਸ ਰਹੇ ਨੇ ਜੀ ਪੱਕਾ ਜੋਸ ਦੌਰ ਦੇ ਉਹਨਾਂ ਦੇ ਬਜ਼ੁਰਗਾਂ ਦੇ ਥਾਂ ਦੀਆਂ ਨਿਸ਼ਾਨੀਆਂ ਸਾਰੇ ਪਿੰਡ ਦਾ ਮੈਂ ਤੁਹਾਨੂੰ ਵਿਊ ਦਿਖਾ ਰਿਹਾ ਜੇ ਛੱਤ ਤੇ ਖੜਾ ਹੋਵੇ ਪਿੰਡ ਕਾਲੇ ਜੀ ਨਾਗਰਾ ਸਾਡੇ ਪਿੱਛੇ ਜਿਹੜੇ ਰਹਿੰਦੇ ਸਾਰੇ ਰਾਈ ਹਨ ਠੀਕ ਸਾਰੇ ਰਾਈ ਵਾਹ ਜੀ ਠੀਕ ਜੱਦੀ ਸਾਰੀ ਬੇਲੀ ਬੜੀ ਦਰਖੇਜ ਮੇਨ ਇਹ ਜੀ ਆਪਣਾ ਬਾਬੇ ਲਾਲ ਸਿੰਘ ਦਾ ਖੂਹ ਸੀ ਇਸ ਜਗ੍ਹਾ ਤੇ ਇਹ ਪਿੱਪਲ ਦਾ ਰੁੱਖ ਹੈ ਜੀ ਪਿੱਪਲ ਤੇ ਪੁਰਾਣੇ ਦੌਰ ਦੇ ਪੁਰਾਣੇ ਦੌਰ ਤੇ ਨਾਗਰਾ ਸਾਹਿਬ ਦਾ ਕਹਿਣਾ ਸੀ ਕਿ ਖੂਹ ਤੇ ਮੇਰੇ ਦਾਦਾ ਜੀ ਨੇ ਡੱਲਾ ਹਨ ਇੱਥੇ ਤਿੰਨ ਡੱਲਾ ਹਨ ਬਕਾਇਦਾ ਇਹ ਖੂਹ ਨੂੰ ਰਸਤਾ ਜਾਂਦਾ ਸੀ ਖੂਹਾਂ ਨੂੰ ਰਸਤੇ ਜਾਂਦੇ ਹਨ ਉਹ ਮਤਲਬ ਹਰੇ 11 ਫੁੱਟ ਹਾਂਜੀ ਤਿੰਨ ਖੂਹ ਹਨ ਇੱਥੇ ਵੇਖੇ ਨੇ ਤੁਸੀਂ ਚੱਲਦੇ ਕਿੰਨੇ ਵੇਖੇ ਨੇ ਚੱਲਦੇ ਦੋ ਵੇਖੇ ਨੇ ਦੋ ਚੱਲਦੇ ਵੇਖੇ ਨੇ ਤੇ ਇੱਕ ਡੱਲ ਵੇਖੀ ਤੇ ਕਿੰਨੀ ਜ਼ਮੀਨ ਸੀ ਇਹ ਜ਼ਮੀਨ ਇਸ ਇਹ ਮਤਲਬ ਨਾ ਇਸ ਖੂਹ ਦੀ ਜ਼ਮੀਨ ਦਾ ਮੈਨੂੰ ਨਾਸਰ ਨੂੰ ਪਤਾ ਬੰਦ ਰਹੇ ਨੇ ਉਹ ਇਹ 52,000 ਅਖਬਾਰ ਟੋਟਲ 160 ਕਿੱਲੇ ਸੀ ਤੇ ਇਹ 35-36 ਕਿੱਲੇ ਮੇਰੇ ਖਿਆਲ ਖੂਹ ਦੀ ਜ਼ਮੀਨ ਹੀ ਹੈ ਸੀ ਡੇਰਾ ਕੰਮ ਸ਼ਮ ਕਰਦੇ ਮਾਲ ਲੰਗਰ ਛੱਪੜ ਸੀ ਜਿਹੜਾ ਉਹ ਐਸ ਬਣਿਆ ਸਾਰਾ ਛੱਪੜ ਹੀ ਹਜੇ ਪਰਾਂ ਨੂੰ ਅੱਛਾ ਆ ਸਾਰੀ ਜਿੰਨੀ ਆਬਾਦੀ ਹੈ ਨਾ ਜੀ ਇਹ ਸਾਰਾ ਛੱਪੜ ਹੀ ਸੀ ਛੱਪੜ ਹੀ ਭਰਿਆ ਠੀਕ ਠੀਕ ਇਹ ਪਿੰਡ ਦੇ ਚਾਰ ਫੇਰੇ ਨਾਲਾ ਸੀ ਛੱਪੜ ਅੱਛਾ ਇਹਨੂੰ ਢਾਹ ਬੰਨਦੇ ਹਾਂ ਇਧਰ ਵੱਡਾ ਛੱਪੜ ਹੈ ਨਾ ਜੀ ਹਾਂਜੀ ਹਾਂਜੀ ਇਹ ਪਾਸੇ ਉਹ ਢਾਹ ਪਿੰਡੋਂ ਪਰਲੇ ਪਾਸੇ ਠੀਕ ਹੈ ਤੇ ਇਹ ਸਾਰੇ ਛੱਪੜ ਸੀ ਮਤਲਬ ਲੋਕ ਇੱਥੇ ਪਾਣੀ ਖਾਣੀ ਉਹਦੇ ਛੱਪੜ ਸਾਫ਼ ਹੁੰਦੇ ਹਨ ਪਾਣੀ ਸਾਫ਼ ਹੁੰਦਾ ਕੱਪੜੇ ਧੋਣੇ ਕੱਪੜੇ ਧੋਣੇ ਇੱਥੇ ਸਭ ਕੁਝ ਇੱਥੇ ਮਤਲਬ ਤੇ ਨਾਲੀਆਂ ਉਹ ਪਾਣੀ ਘਰਾਂ ਵਾਸਤੇ ਘੜਿਆਂ ਘੋੜਿਆਂ ਦੇ ਵੀ ਪਾਣੀ ਪਾਉਂਦੇ ਹਨ ਜਿਹੜਾ ਕਬਰਸਤਾਨ ਹੈ ਮੁਸਲਮਾਨਾਂ ਦਾ ਜੀ ਉੱਥੇ ਕਿਲੇ ਦੇ ਆਸਾਰ ਵੇਖੇ ਨੇ ਤੁਸੀਂ ਸੁਣਿਆ ਇੱਥੇ ਕਿਲਾ ਹੁੰਦਾ ਸੀ ਇੱਥੇ ਮੈਂ ਤੁਹਾਨੂੰ ਦੱਸਣਾ ਨਾ ਜੀ ਗੱਲ ਉਹ ਬਿਹਾਰੀਪੁਰ ਸੀ ਆਜੋ ਸਾਹਮਣੇ ਇਹ ਵਾਲਾ ਪਿੰਡ ਸਾਹਮਣੇ ਅੱਛਾ ਅੱਛਾ ਪੜੋਪੀ ਨਗਰਾ ਪਿੰਡ ਜੀ ਇਹ ਪੜੋਪੀ ਨਗਰਾ ਪਿੰਡ ਉਹ ਨਾਗਰਾ ਸਾਹਿਬ ਦਾ ਖੂਹ ਸੀ ਜਿਹੜਾ ਨਾ ਇਹ ਨਾਗਰਾ ਸਾਹਿਬ ਦੇ ਡੇਰੇ ਨੂੰ
ਨਹਿਰ ਜਿਹੜੀ ਬਾਅਦ ਚ ਉਹਨਾਂ ਦੀ ਨਿਕਲੀ ਸਹੀ ਸਨ ਚੁਰੰਜਾ ਚ ਚੁਰੰਜਾ ਚ ਨਿਕਲੀ ਤੇ ਹੋਰ ਇਹ ਜਿਹੜਾ ਸੀ ਨਾ ਅੱਜ ਥਿਆ ਅਮਾਲੇ ਜੀ ਬਣੀ ਆ ਪਰ ਸਾਰਾ ਹੀ ਨਾਲਾ ਸੀ ਪਿੰਡ ਦੇ ਚਾਰ ਫੇਰੇ ਨਾਲਾ ਸੀ ਨਗਰਾ ਸਾਨੂੰ ਪਤਾ ਚਾਰ ਫੇਰੇ ਨਾਲਾ ਸੀ ਨਾਲਾ ਇਹ ਛੱਪੜ ਸੀ ਇਧਰ ਉਧਰ ਵੀ ਛੱਪੜ ਸੀ ਤੇ ਇਹ ਨਾਲਾ ਸੀ ਤੇ ਜਿਹੜਾ ਸੀ ਨਾ ਇਥੋਂ ਵੇਖੋ ਪਰ ਨਾ ਉਹ ਦਰਖਤ ਜੇ ਨਜ਼ਰ ਆਉਂਦੇ ਆ ਹਾਂਜੀ ਨਹਿਰ ਉਰਲੇ ਪਾਸੇ ਉਰਲੇ ਪਾਸੇ ਇਹਨੂੰ ਬਿਹਾਰੀਪੁਰ ਆਉਂਦੇ ਸੀ ਇਹ ਟਿੱਬਾ ਸੀ ਇਹ ਬਿਹਾਰੀਪੁਰ ਸੀ ਇਹ ਜਦੋਂ ਨਹਿਰ ਨਿਕਲੀ ਆ ਨਾ ਤੇ ਇਹ ਪਿੰਡ ਦਾ ਰਕਬਾ ਜਿਹੜਾ ਨਾ ਉਹ ਨਹਿਰੋ ਪਾਰ ਚਲਾ ਗਿਆ ਲੋਕਾਂ ਘਰ ਵੀ ਉਦੋਂ ਲੈ ਗਏ ਜਿਹੜਾ ਬਿਹਾਰੀਪੁਰ ਹੈ ਨਾ ਉਹ ਅਸਲ ਵਿੱਚ ਇਥੋਂ ਸ਼ਿਫਟ ਹੋਇਆ ਠੀਕ ਠੀਕ ਐਵੇਂ ਗੱਲ ਸੁਣੀ ਪਹਿਲੇ ਬਿਲਕੁਲ ਸਹੀ ਬਿਹਾਰੀਪੁਰ ਇਥੋਂ ਸ਼ਿਫਟ ਹੋਇਆ ਇਹ ਉੱਚਾ ਹਾਂ ਵੇਖਿਆ ਬਹੁਤ ਉੱਚਾ ਸੀ ਆਬਾਦੀ ਸੀ ਜਿਵੇਂ ਉਹ ਥੇ ਨੀ ਹੈਗੇ ਟਿੱਬਾ ਉਹਦੇ ਉੱਤੇ ਘਰ ਇਸੇ ਤਰ੍ਹਾਂ ਇਹਦੇ ਉੱਤੇ ਵੀ ਘਰ ਲੇਕਿਨ ਇਹ ਜਦੋਂ ਲੋਕਾਂ ਦਾ ਰਕਬਾ ਜੋ ਆ ਗਿਆ ਨਹਿਰ ਪਾਰ ਕੁਛ ਨਹਿਰ ਦੇ ਵਿੱਚ ਆ ਗਿਆ ਇਹ ਲੋਕ ਉਹਦੇ ਨਾਲ ਜਿਹਦਾ ਕਿਲਾ ਸੀ ਹਾਂ ਵੇਖਿਆ ਵੇਖਿਆ ਟਿੱਬਾ ਸੀ ਫਿਰ ਆ ਬਿਹਾਰੀਪੁਰ ਟਿੱਬੇ ਟਿੱਬੇ ਵਿਚ ਹੈ ਸਨ ਇੱਥੇ ਇਹਨਾਂ ਦੇ ਭਾਈ ਨੇ ਇਹਨਾਂ ਦੇ ਬੇਟੀਆਂ ਬੇਟੇ ਡਾਕਟਰ ਨੇ ਸਾਰੇ ਮਾਸ਼ੇ ਪਹਿਲਾਂ ਇੱਥੇ ਰਹਿੰਦੇ ਨੇ ਹੁਣ ਉਹ ਇੱਥੋਂ ਸ਼ਿਫਟ ਹੋ ਕੇ ਚਲੇ ਗਏ ਕਹਿੰਦਾ ਅਮਰੀਕਾ ਹੁੰਦਾ ਉਹ ਛੋਟਾ ਸਰਫਰਾਜ ਮੇਰਾ ਭਾਈ ਆ ਤੇ ਇਹਦੇ ਭਤੀਜੇ ਨੇ ਕੰਮ ਇਹਨਾਂ ਦਾ ਠੀਕ ਲਾਇਕ ਨਿਕਲੇ ਨੇ ਬੜੇ ਪੜ੍ਹ ਲਿਖ ਕੇ ਡਾਕਟਰ ਬਣ ਗਏ ਚਾਚੂ ਜੀ ਆਪਣੇ ਬਜ਼ੁਰਗ ਪਿਛੋ ਐਡਰੈਸ ਸੁਣਨ ਲੱਗ ਗਈ ਤੁਹਾਡਾ ਪਿਛੋਕੜ ਕੀ ਸੀ ਸਾਡਾ ਗੁਰਦਾਸਪੁਰ ਸੀ ਜ਼ਿਲ੍ਹਾ ਗੁਰਦਾਸਪੁਰ ਤੇ ਤਹਿਸੀਲ ਸਾਡੀ ਜਿਹੜੀ ਸੀ ਨਾ ਉਹ ਪਠਾਨਕੋਟ ਸੀ ਠੀਕ ਹੈ ਤੇ ਗੁਰਦਾਸਪੁਰ ਤਕਰੀਬਨ ਇਹ ਜਿਹੜੀ ਸ਼ਰਗੜ੍ਹ ਸੀ ਨਾ ਤਹਿਸੀਲ ਗੁਰਦਾਸਪੁਰ ਦੀ ਤਹਿਸੀਲ ਬਿਲਕੁਲ ਸਹੀ ਤੇ ਉਹ ਪਾਰਟੀਸ਼ਨ ਦੇ ਵਿਚ ਫਿਰ ਉਹ ਜਦੋਂ ਅਦਲੀ ਬਦਲੀ ਹੋਈ ਆ ਨਾ ਜੀ ਤਿੰਨ ਚਾਰ ਜ਼ਿਲ੍ਹੇ ਜਿਹੜੇ ਪਹਿਲਾਂ ਪਾਕਿਸਤਾਨ ਦਾ ਹਿੱਸਾ ਬਣੇ ਸੀ ਫਿਰ ਤਿੰਨ ਦੇ ਨਾਂ ਬੋਲਦਾ ਰਿਹਾ ਜੀ ਲਾਰਡ ਮਾਊਂਟ ਬੈਟਨ ਰੈੱਡ ਕਲਫ ਇਹਨਾਂ ਨੇ ਫਿਰ ਤਕਸੀਮ ਦੇ ਵਿਚ ਫਿਰ ਤਿੰਨ ਚਾਰ ਮਹੀਨੇ ਤੋਂ ਬਾਅਦ ਇੰਡੀਆ ਨਾ ਮਿਲਾ ਤੇ ਸ਼ਰਗੜ੍ਹ ਇਧਰ ਰਹਿ ਗਿਆ ਫਿਰ ਸਾਨੂੰ ਤਿੰਨ ਚਾਰ ਮਹੀਨੇ ਬਾਅਦ ਉੱਠਣਾ ਪਿਆ ਉੱਥੋਂ ਫਿਰ ਸਾਡਾ ਬਹੁਤ ਨੁਕਸਾਨ ਹੋਇਆ ਜਾਨੀ ਮਾਲੀ ਬਹੁਤ ਨੁਕਸਾਨ ਹੋਇਆ ਫਿਰ ਜਾਨਾਂ ਮਤਲਬ ਕੋਈ ਜ਼ਾਇਆ ਹੋ ਗਈਆਂ ਰਾਜ ਨੁਕਸਾਨ ਹੋਇਆ ਤੇ ਕੁਛ ਜਿਹੜੇ ਸੀ ਉਹ ਬਸ ਜਾਨਾਂ ਹੀ ਲੈ ਕੇ ਇੱਥੇ ਬਿਲਕੁਲ ਬਿਲਕੁਲ ਬੜਾ ਮੁਸ਼ਕਿਲ ਹੋਇਆ ਆਪਣਾ ਕਹਿ ਲੋ ਕਿ ਲੁੱਟੇ ਕੁੱਟੇ ਆਏ ਤੁਸੀਂ ਜਾਨੀ ਵੀ ਤੇ ਮਾਲੀ ਵੀ ਮਤਲਬ ਇਹ ਕਿ ਇੱਥੋਂ ਤੱਕ ਬਜ਼ੁਰਗ ਦੱਸਦੇ ਆ ਚਲੋ ਸਾਡੀ ਤੇ ਪੈਦਾਇਸ਼ ਇੱਥੇ ਦੀ ਆ ਨਾ ਦੱਸਦੇ ਆ ਕਿ ਦਰਖਤਾਂ ਦੇ ਪੱਤੇ ਖਾ ਖਾ ਗੁਜ਼ਾਰਾ ਕੀਤਾ ਇਸ ਤਰ੍ਹਾਂ ਹੀ ਪਿੰਡ ਕਿਹੜਾ ਸੀ ਬੇਰੀ ਔਲਖ ਬੇਰੀ ਔਲਖ ਬੇਰੀ ਹਾਂਜੀ ਅੱਛਾ ਔਲਖ ਜਿਹੜੀ ਸੀ ਔਲਖ ਨਾਲ ਪਿੰਡ ਹੀ ਦੋ ਬੋਲਦੇ ਜਿਵੇਂ ਆਦਮੀ ਕਾਲੇ ਬੋਲਦੇ ਸਾਡਾ ਪਿੰਡ ਬੇਰੀ ਸੀ ਠੀਕ 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 ਤੇ ਕਿਹੜੀ ਬਰਾਦਰੀ ਆਪਣੀ ਰਾਜਪੂਤ ਪੱਟੀ ਰਾਜਪੂਤ ਪੱਟੀ ਬਰਾਦਰੀ ਅੱਛਾ ਬੇਰੀ ਪਿੰਡ ਤੋਂ ਤੁਸੀਂ ਉੱਠ ਕੇ ਆਏ ਤੇ ਤੁਹਾਨੂੰ ਸਰਦਾਰ ਕੁਲਵੰਤ ਸਿੰਘ ਨਾਗਰਾ ਦੇ ਜਿਹੜੇ ਬਜ਼ੁਰਗ ਉਹਨਾਂ ਦਾ ਤੁਹਾਨੂੰ ਘਰ ਲਾ ਘਰ ਹੋਇਆ ਬਹੁਤ ਨਵਾਲਾਂ ਦਾ ਕੰਮ ਹੈ ਲੱਕੜੀਆਂ ਬਹੁਤ ਸੋਹਣਾ ਹੋ ਗਿਆ ਜੀ ਤੁਹਾਡੀ ਛੱਤ ਤਾਂ ਵੀ ਖਲੋ ਕੇ ਬੜਾ ਦੂਰ ਤੱਕ ਬਹੁਤ ਵੱਡਾ ਘਰ ਸੀ ਸਰ ਜੀ ਬੜਾ ਵੱਡਾ ਘਰ ਪੰਜ ਛੇ ਭਾਈ ਉਹਦੇ ਵਿਚ ਘਰ ਬੜੀ ਆਹ ਜਿਹੜੀ ਹਾਂਜੀ ਇੰਨੀ ਕ ਡੂੰਗੀ ਸੀ ਨਾਗਰਾ ਸਾਹਿਬ ਦੇ ਬਜ਼ੁਰਗਾਂ ਦੀ ਬਣੀ ਇੰਨੀ ਕ ਡੂੰਗੀ ਅਸੀਂ ਲੱਗੇ ਪੁੱਟਣ ਅਸੀਂ ਲੱਗੇ ਪੁੱਟਣ ਅਸੀਂ ਲੱਗੇ ਪੁੱਟਣਾ ਮੈਂ ਤੁਹਾਨੂੰ ਦੱਸਾਂ ਧੰਨਵਾਦ
मतलब इटा कट कट तुसी थक गए, इटा नहीं मुकियां। ठीक हां जी, ये अहीं जदों पुट्टन लगे ना ये कोई दस फुट तक अहीं पुट्टे दे ए जिहड़े हन ना ए साडे हमसाए महर। अच्छा, इन्हां दी नहीं उत्ते रह गई। अच्छा, उत्ते रह गई हुण थले गहरी मतलब चली गई ना। हां हां, अहीं इटा बहुत एडी दी मोटी इट। जी जी जी, जदों ए गहरी चली गई ते ए आए। थले एडी मोटी इट बहुत गहरी ए कोई 11-12 फुट थले दी नींह जिहड़ी। फिर इन्हां ने आखिया जे तुसीं नहीं तो साडे कोल इटां दे पैसे ले लो ते ना पुट्टो साडे मकान। आखिया यार पैसे लैने होंदे मिट्टी पाओ इत्थे थले, हाले भी बहुत पुरानी इटां। बड़ी गल सुनाई जी तुसीं, इन्ना पुख्ता काम करदे सन पुराने दौर दे लोक। पिछे कसर मेन गेट थी ना जी, जी मेन दरवाजा। हाँ, गोल इटा है मोटियां मोटियां, गोल इटा मोटियां मोटियां। हाँ, ते मतलब एक ऐ पासे गोल एक ऐ पासे गोल। ते ए पिलर हन बड़े बड़े ते उत्ते बीम बहुत बड़ा सी। ते नागरा साहब दी मेरे नाल गल हुई ते आखन लगे इथो दी गुजार दे, ओ किसे ने मेहना दिता सी भाई मतलब जे ते शौक है ते फिर दरवाजे उच्चे रख लेने, ऊट लगाने फिर दरवाजे उच्चे रखी लेने। ऊठा नाल जा रही बूहे उच्चे बूहे उच्चे होने चाहिए, बूहे नीवे नहीं होने चाहिए। जी जी जी, वो फिर गल लगने। अच्छा, जरा बीम तुसी दस दे पियो ओदी जिहड़ी मजबूती सी ओ किस चीज ते खलोती सी, विच सरिया सी? सरिया। अच्छा, ओदे विच सरिया सी ते जिहड़े हन ना ओ पिलर ओ गोल इटां दे डॉट्स डॉट्स डॉट्स। सर जी अपना उन्होंने क्योंकि बाल बूल ना छड़न। हां जी, नागरा साहब ने विजिट करना है, सामभ के रखे उन्होंने बोल चीज आने सची गल तारण बाद होया ना जी। मैं वो बड़ा कुछ सी। मैं वो बर्तन लस साहब भेज देने हम, मतलब यार महफूज रखो इन्होंने, वो बंदा होने की यार साडा ते वो बंदा मतलब ओने आना ते ए जांदे ला जाओ। जी जी जी, मतलब वहां भेज दे वहां की करने हैं तो साडे वास्ते कुछ भी नहीं, लेकिन जो ओना दी अहमियत का पता लगा फिर अहीं ओ बंदे दी गलती हो गई।